ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਡਾ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਵਿੱਚ ਕਾਫੀ ਸਮੇਂ ਤੋਂ ਖੱਬੇ ਪੱਖੀ ਪਾਰਟੀ ਦੀ ਘਾਟ ਲੜਕਦੀ ਆ ਰਹੀ ਸੀ ਜੋ ਕਿ ਮੁੱਖ ਧਾਰਾ ਦੀ ਸਿਆਸਤ ਦੇ ਵਿੱਚ ਮੌਜੂਦਾ ਪਾਰਟੀਆਂ ਨੂੰ ਟੱਕਰ ਦੇ ਸਕੇ। ਸੋ ਹੁਣ ਰੈਵੋਲੂਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਨਾਂ ਦੀ ਪਾਰਟੀ ਦਾ ਗਠਨ ਹੋ ਗਿਆ ਹੈ। ਇਸ ਦੀ ਜਾਣਕਾਰੀ ਜਲੰਧਰ ਦੇ ਵਿੱਚ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 10 ਸੂਬਿਆਂ ਦੇ ਖੱਬੇ ਪੱਖੀ ਵਿਚਾਰਾਂ ਵਾਲੇ ਕਾਰਕੁਨਾਂ ਦੇ ਵੱਲੋਂ ਇਸ ਪਾਰਟੀ ਦਾ ਗਠਨ ਕੀਤਾ ਗਿਆ ਹੈ। ਜਿਹੜੀ ਅੱਜ ਅਸੀਂ ਫਾਊਂਡੇਸ਼ਨ ਕਾਨਫਰੰਸ ਕੀਤੀ ਹੈ ਉਹਦੇ ਵੱਲੋਂ ਇਹ ਕਹਿ ਰਿਹਾ ਵੀ ਅਸੀਂ 10 ਸਟੇਟਾਂ ਦੇ ਜੁਝਾਰੂ ਲੋਕਾਂ ਨੇ ਇਕੱਠੇ ਹੋ ਕੇ ਇੱਥੇ ਇੱਕ ਇਹ RMPI ਬਣਾਉਣ ਦਾ ਫੈਸਲਾ ਕੀਤਾ। ਇਹ ਪਾਰਟੀ ਮਜ਼ਦੂਰਾਂ ਕਿਸਾਨਾਂ ਦੀਆਂ ਮੰਗਾਂ ਲਈ, ਭ੍ਰਿਸ਼ਟਾਚਾਰ ਦੇ ਵਿਰੁੱਧ, ਪੁਲਿਸ ਦੇ ਜ਼ੁਲਮਾਂ ਦੇ ਖਿਲਾਫ਼ ਔਰ ਔਰਤਾਂ ਦੀ ਆਜ਼ਾਦੀ ਲਈ ਜਿੱਥੇ ਲੜੇਗੀ, ਉਹਦੇ ਨਾਲ ਜਿਹੜਾ ਦਲਿਤਾਂ 'ਤੇ ਜ਼ੁਲਮ ਹੋ ਰਿਹਾ, ਜਿਹੜਾ ਔਰਤਾਂ ਦੇ ਉੱਤੇ ਜ਼ੁਲਮ ਹੋ ਰਿਹਾ, ਟ੍ਰਾਈਬਲਸ ਲੋਕਾਂ 'ਤੇ ਜ਼ੁਲਮ ਹੋ ਰਿਹਾ, ਘੱਟ ਗਿਣਤੀਆਂ ਨੂੰ ਦਬਾਇਆ ਜਾ ਰਿਹਾ, ਇਹਦੇ ਖਿਲਾਫ਼ ਵੀ ਆਵਾਜ਼ ਬੁਲੰਦ ਕਰੇਗੀ। ਇਹਦੇ ਵਿੱਚ ਕੇਰਲਾ, ਮਹਾਰਾਸ਼ਟਰ, ਤਾਮਿਲਨਾਡੂ, ਬੰਗਾਲ 'ਚੋਂ ਮੈਸੇਜ, ਦਿੱਲੀ, ਦੈਨ ਪੰਜਾਬ, ਹਰਿਆਣਾ, ਹਿਮਾਚਲ, ਇਹਨਾਂ ਸਟੇਟਾਂ ਤੋਂ ਚੰਡੀਗੜ੍ਹ UT ਸਾਥੀ ਆਏ ਆ ਔਰ ਅਸੀਂ ਇਸ ਪਾਰਟੀ ਨੂੰ ਆਲ ਇੰਡੀਆ ਪੱਧਰ 'ਤੇ ਬਣਾ ਕੇ ਇੱਕ ਮਜ਼ਬੂਤ ਖੱਬੇ ਪੱਖੀ ਬਦਲ ਬਣਾਉਣ ਦਾ ਯਤਨ ਕਰਾਂਗੇ ਔਰ ਇਹ ਪਾਰਟੀ ਆਪਣੇ ਆਪ 'ਚ ਲੋਕਾਂ ਦੀਆਂ ਮੰਗਾਂ ਲੈ ਕੇ ਲੜੇਗੀ ਔਰ ਲੋਕਾਂ ਦੀ ਵਿਸ਼ਵਾਸ ਦੀ ਪਾਤਰ ਬਣੇਗੀ।